ਹੈਲੋ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮ ਸੀ ਦੀ। ਮੈਂ ਬੈਤਲਮ ਪੰਜਾਬੀ ਚਰਚ ਤੋਂ ਬੋਲ ਰਹੀ ਹਾਂ। ਮੇਰਾ ਨਾਮ ਰਾਜ ਰਾਣੀ ਆ। ਮੈਂ 2007 ਤੋਂ ਬੈਤਲਮ ਪੰਜਾਬੀ ਚਰਚ ਦੇ ਨਾਲ ਜੁੜੀ ਹੋਈ ਹਾਂ। ਮੈਨੂੰ ਪ੍ਰਭੂ ਯੀਸ਼ੂ ਨੇ 2007 ਦੇ ਵਿੱਚ ਮੈਨੂੰ ਪ੍ਰਭੂ ਯੀਸ਼ੂ ਨੇ ਆਪਣੇ ਪਾਸ ਬੁਲਾਇਆ। ਪ੍ਰਭੂ ਯੀਸ਼ੂ ਨੇ ਮੈਨੂੰ ਸਹੀ ਰਸਤਾ ਦਿਖਾਇਆ। ਪਹਿਲਾਂ ਅਸੀਂ ਬਹੁਤ ਮੰਦਰਾਂ ਗੁਰਦੁਆਰਿਆਂ 'ਚ ਘੁੰਮਦੇ ਸੀ, ਪਰ ਸਾਨੂੰ ਕੋਈ ਸੱਚਾ ਜਿੰਦਾ ਖੁਦਾ ਨਹੀਂ ਸੀ ਮਿਲਿਆ। ਮੈਨੂੰ ਪਤਾ ਨਹੀਂ, ਸਮਝ ਨਹੀਂ ਆਉਂਦੀ ਸੀ ਕਿ ਮੈਂ ਕਿੱਥੋਂ ਸ਼ੁਰੂ ਕਰਾਂ, ਪਾਠ ਤਾਂ ਕਿੱਥੋਂ ਬੰਦ ਕਰਾਂ। ਪਰ ਮੈਂ ਜਦੋਂ ਤੋਂ ਬੈਤਲਮ ਪੰਜਾਬੀ ਚਰਚ ਵਿੱਚ ਆਈ, ਮੈਂ ਪਾਸਟਰ ਸਾਹਿਬ ਉਹਨਾਂ ਨੂੰ ਮਿਲੀ, ਪਾਸਟਰ ਜਤਿੰਦਰ ਗਿੱਲ, ਉਹਨਾਂ ਨੇ ਸਾਨੂੰ ਸਹੀ ਰਸਤਾ ਦਿਖਾਇਆ। ਉਹਨਾਂ ਨੇ ਸਭ ਕੁਛ ਸਾਨੂੰ ਦੱਸਿਆ ਕੀ ਮਾਇਨੇ ਆ, ਜੀਣ ਦੇ ਕੀ ਮਾਇਨੇ ਆ। ਪ੍ਰਭੂ ਯੀਸ਼ੂ ਦੇ ਤੁਸੀਂ ਨਜ਼ਦੀਕ ਜਾਓਗੇ ਤਾਂ ਤੁਹਾਨੂੰ ਸਭ ਕੁਛ ਪ੍ਰਭੂ ਯੀਸ਼ੂ ਸਿਖਾਵੇਗਾ, ਦੱਸੇਗਾ ਤੁਹਾਨੂੰ, ਤੁਹਾਡਾ ਪਵਿੱਤਰ ਆਤਮਾ ਤੁਹਾਨੂੰ ਗਾਈਡ ਕਰੇਗਾ। ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਤੁਸੀਂ ਵੀ ਜਿਨ੍ਹਾਂ ਨੇ ਅਜੇ ਤੱਕ ਪ੍ਰਭੂ ਯੀਸ਼ੂ ਨੂੰ ਨਹੀਂ ਕਬੂਲ ਪ੍ਰਭੂ ਯੀਸ਼ੂ ਨੂੰ ਨਹੀਂ ਚੱਖ ਕੇ ਦੇਖਿਆ, ਉਹ ਆਪਣੇ ਦਿਲਾਂ ਨੂੰ ਖੋਲ੍ਹਣ। ਪ੍ਰਭੂ ਯੀਸ਼ੂ ਤੁਹਾਡੇ ਦਿਲ ਵਿੱਚ ਆਉਣਾ ਚਾਹੁੰਦਾ ਆ। ਮੇਰਾ ਪਿਤਾ ਪਰਮੇਸ਼ਰ ਸੱਚਾ ਅਤੇ ਜਿੰਦਾ ਖੁਦਾ ਆ, ਉਹ ਸਭ ਦੀ ਮਦਦ ਕਰਦਾ ਆ। ਮੇਰਾ ਪ੍ਰਭੂ ਯੀਸ਼ੂ ਪਾਪੀਆਂ ਨੂੰ ਬਚਾਉਣ ਲਈ ਇਸ ਦੁਨੀਆਂ ਦੇ ਉੱਤੇ ਆਇਆ। ਉਹਨੇ ਆਪਣੀ ਜਾਨ ਦੇ ਦਿੱਤੀ, ਆਪਣਾ ਪਵਿੱਤਰ ਲਹੂ ਬਹਾ ਦਿੱਤਾ ਸਾਡੇ ਗੁਨਾਹਗਾਰਾਂ ਦੀ ਖਾਤਰ। ਪ੍ਰਭੂ ਯੀਸ਼ੂ ਨੇ ਸਾਨੂੰ ਗੁਨਾਹਗਾਰਾਂ ਨੂੰ ਚੁਣਿਆ, ਆਪਣੇ ਪਾਸ ਬੁਲਾਇਆ, ਸਾਨੂੰ ਆਪਣੀ ਫੈਮਿਲੀ ਦੇ ਵਿੱਚ ਸ਼ਾਮਿਲ ਕੀਤਾ। ਪ੍ਰਭੂ ਯੀਸ਼ੂ ਨੇ ਆਪਣੇ ਘਰਾਣੇ ਦੇ ਵਿੱਚ ਸਾਨੂੰ ਸ਼ਾਮਿਲ ਕੀਤਾ, ਆਪਣੇ ਬੱਚੇ ਸਾਨੂੰ ਬਣਾਇਆ। ਅਸੀਂ ਪ੍ਰਭੂ ਯੀਸ਼ੂ ਦੇ ਸਾਰੇ ਬੱਚੇ ਹਾਂ। ਤੁਸੀਂ ਵੀ ਪ੍ਰਭੂ ਯੀਸ਼ੂ ਨੂੰ ਚੱਕ ਕੇ ਦੇਖੋ, ਕਿਉਂਕਿ ਪ੍ਰਭੂ ਯੀਸ਼ੂ ਨੇ ਕਿਹਾ ਆ, ਤੁਸੀਂ ਇੱਕ ਕਦਮ ਮੇਰੀ ਵੱਲ ਮੁੜੋਗੇ ਤਾਂ ਮੈਂ 10 ਕਦਮ ਤੁਹਾਡੀ ਵੱਲ ਚੱਲਾਂਗਾ। ਤੁਸੀਂ ਪ੍ਰਭੂ ਯੀਸ਼ੂ ਦੇ ਕੋਲ ਆਓ, ਪ੍ਰਭੂ ਯੀਸ਼ੂ ਨੂੰ ਕਬੂਲ ਕਰੋ। ਤੁਸੀਂ ਪਾਸਟਰ ਜੇਪੀ ਗਿੱਲ ਨੂੰ ਮਿਲੋ, ਉਹ ਤੁਹਾਨੂੰ ਦੱਸਣਗੇ, ਕਿਉਂਕਿ ਪ੍ਰਭੂ ਕੋਈ ਨਾ ਕੋਈ ਜ਼ਰੀਆ ਬਣਾਉਂਦਾ ਆ। ਪ੍ਰਭੂ ਕੋਈ ਨਾ ਕੋਈ ਜ਼ਰੀਆ ਬਣਾਉਂਦਾ। ਯਾਕੂਬ 1:17 ਵਿੱਚ ਲਿਖਿਆ ਹੋਇਆ, ਹਰੇਕ ਚੰਗਾ ਦਾਨ ਅਤੇ ਪੂਰਨ ਦਾਤ ਉਹ ਤਾਹਾਂ ਤੋਂ ਆਉਂਦੀ ਆ। ਤੁਸੀਂ ਪ੍ਰਭੂ ਕੋਈ ਨਾ ਕੋਈ ਜ਼ਰੀਆ ਬਣਾਉਂਦਾ। ਜਿਸ ਤਰ੍ਹਾਂ ਪਾਸਟਰ ਸਾਹਿਬ ਨੂੰ ਜ਼ਰੀਆ ਬਣਾਇਆ, ਉਹ ਤੁਹਾਨੂੰ ਦੱਸੇਗਾ ਸਭ ਕੁਛ ਹੀ। ਪਾਸਟਰ ਜੀ ਤੁਹਾਨੂੰ ਸਭ ਕੁਛ ਦੱਸਣਗੇ। ਤੁਸੀਂ ਜੇ ਤੁਸੀਂ ਨਹੀਂ ਅਜੇ ਤੱਕ ਪ੍ਰਭੂ ਯੀਸ਼ੂ ਨੂੰ ਚੱਖਿਆ ਤਾਂ ਦੇਰ ਨਾ ਕਰੋ ਮੇਰੇ ਭੈਣ ਭਰਾਵੋ, ਤੁਹਾਡੇ ਅੱਗੇ ਬੇਨਤੀ ਕਰਦੀ ਹਾਂ। ਜਦ ਲੋਕਡਾਊਨ ਸ਼ੁਰੂ ਹੋਇਆ, ਇਹ ਕਰੋਨਾ ਵਾਇਰਸ ਨਾਮ ਦੀ ਬਿਮਾਰੀ ਇੰਨਾ ਫੈਲੀ, ਤਾਂ ਅਸੀਂ ਪ੍ਰੇਅਰ ਲਾਈਨ ਸ਼ੁਰੂ ਕੀਤੀ। ਸਾਰੀਆਂ ਭੈਣਾਂ ਮਿਲ ਕੇ ਪ੍ਰੇਅਰ ਲਾਈਨ ਦੇ ਵਿੱਚ ਪ੍ਰੇਅਰ ਕਰਦੀਆਂ ਹੁੰਦੀਆਂ ਸੀ ਕਿ ਪ੍ਰਭੂ ਯੀਸ਼ੂ ਤੂੰ ਸਾਨੂੰ ਸੰਭਾਲਣ ਵਾਲਾ ਆ। ਪ੍ਰਭੂ ਯੀਸ਼ੂ ਨੇ ਸਾਡੀਆਂ ਦੁਆਵਾਂ ਨੂੰ ਸੁਣਿਆ। ਪ੍ਰਭੂ ਯੀਸ਼ੂ ਨੇ ਸਾਨੂੰ ਇਹ ਕਰੋਨਾ ਵਾਇਰਸ ਨਾਮ ਦੀ ਬਿਮਾਰੀ ਤੋਂ ਬਚਾ ਕੇ ਰੱਖਿਆ, ਸਾਨੂੰ ਕਿਸੇ ਚੀਜ਼ ਦੀ ਕੋਈ ਕਮੀ ਘਟੀ ਆਉਣ ਨਹੀਂ ਦਿੱਤੀ। ਪ੍ਰਭੂ ਯੀਸ਼ੂ ਨੇ ਸਾਨੂੰ ਇੰਨੀਆਂ ਬਰਕਤਾਂ ਦਿੱਤੀਆਂ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਹੁਣ ਮੈਂ ਇੰਡੀਆਨਾ ਤੋਂ ਬੋਲ ਰਹੀ ਹਾਂ, ਮੈਂ ਇੰਡੀਆਨਾ ਮੂਵ ਹੋ ਗਈ ਹਾਂ। ਇੱਥੇ ਵੀ ਪ੍ਰਭੂ ਯੀਸ਼ੂ ਸਾਨੂੰ ਲਿਆਇਆ, ਅਸੀਂ ਕਦੀ ਸੋਚਿਆ ਨਹੀਂ ਸੀ ਕਿ ਅਸੀਂ ਇੱਥੇ ਆਵਾਂਗੇ, ਪਰ ਪ੍ਰਭੂ ਯੀਸ਼ੂ ਲਿਆ, ਜਿਸ ਦਾ ਅਬਰਾਹਮ ਨੂੰ ਪ੍ਰਭੂ ਯੀਸ਼ੂ ਲੈ ਕੇ ਗਿਆ ਸੀ ਅਤੇ ਉਹਨੂੰ ਇੰਨੀਆਂ ਬਰਕਤਾਂ ਦਿੱਤੀਆਂ ਸੀ। ਇਸੇ ਤਰ੍ਹਾਂ ਪ੍ਰਭੂ ਯੀਸ਼ੂ ਨੇ ਸਾਨੂੰ ਵੀ ਸਭ ਕੁਛ ਛੱਪੜ ਪਾੜ ਕੇ ਦਿੱਤਾ। ਪ੍ਰਭੂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਮੇਰੇ ਪਾਸ ਲਫ਼ਜ਼ ਨਹੀਂ ਆ ਕਿ ਕਿਹੜੇ ਲਫ਼ਜ਼ਾਂ ਦੇ ਨਾਲ ਮੈਂ ਪ੍ਰਭੂ ਯੀਸ਼ੂ ਦਾ ਧੰਨਵਾਦ ਕਰਾਂ। ਅਸੀਂ ਕਦੀ ਸੋਚਿਆ ਨਹੀਂ ਸੀ, ਜੋ ਕੁਛ ਵੀ ਅਸੀਂ ਪ੍ਰਭੂ ਤੋਂ ਮੰਗਿਆ ਪ੍ਰਭੂ ਨੇ ਸਾਨੂੰ ਦਿੱਤਾ। ਅਸੀਂ ਪ੍ਰਭੂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮੇਰੇ ਭੈਣ ਭਰਾਵੋ, ਤੁਸੀਂ ਵੀ ਆਓ, ਜਿਹੜੇ ਨਹੀਂ ਅਜੇ ਤੱਕ ਪ੍ਰਭੂ ਦੇ ਪਾਸ ਪਹੁੰਚ ਆਏ, ਉਹ ਵੀ ਆਪਣੇ ਦਿਲਾਂ ਨੂੰ ਖੋਲ੍ਹਣ, ਪ੍ਰਭੂ ਦੇ ਕੋਲ ਆਉਣ ਅਤੇ ਪ੍ਰਭੂ ਦਾ ਧੰਨਵਾਦ ਕਰਨ। ਤੁਸੀਂ ਦੇਖਿਓ ਤੁਹਾਡੀ ਜ਼ਿੰਦਗੀ ਕਿੱਦਾਂ ਬਦਲਦੀ ਆ। ਦੁੱਖ ਤਕਲੀਫ਼ ਵੀ ਕੋਈ ਤੁਹਾਨੂੰ ਹੋਊਗੀ ਤਾਂ ਪ੍ਰਭੂ ਯੀਸ਼ੂ ਤੁਹਾਨੂੰ ਉਹਨਾਂ 'ਚੋਂ ਵੀ ਬਾਹਰ ਕੱਢੂਗਾ। ਪ੍ਰਭੂ ਯੀਸ਼ੂ ਕਦੀ ਕਿਸੇ ਨੂੰ ਇਕੱਲਾ ਨਹੀਂ ਛੱਡੂਗਾ, ਕਿਉਂਕਿ ਪ੍ਰਭੂ ਯੀਸ਼ੂ ਦਾ ਵਾਅਦਾ ਆ ਕਿ ਮੈਂ ਨਾ ਤੁਹਾਨੂੰ ਛੱਡੂੰਗਾ, ਨਾ ਕਦੇ ਤਿਆਗੂੰਗਾ। ਮਾਂ ਬੱਚੇ ਨੂੰ ਦੁੱਧ ਪਿਲਾਉਣਾ ਭੁੱਲ ਸਕਦੀ ਆ, ਮੈਂ ਕਦੀ ਤੁਹਾਨੂੰ ਭੁੱਲੂੰਗਾ ਨਹੀਂ, ਨਾ ਕਦੀ ਤੁਹਾਨੂੰ ਇਕੱਲੇ ਛੱਡੂੰਗਾ। ਪ੍ਰਭੂ ਯੀਸ਼ੂ ਹਰ ਵਕਤ ਸਾਡੇ ਸਾਥ ਆ, ਹਰ ਵਕਤ ਤੁਸੀਂ ਪ੍ਰਭੂ ਦਾ ਧੰਨਵਾਦ ਕਰੋ। ਦਿਨ ਚੜ੍ਹਦਾ ਪ੍ਰਭੂ ਦਾ ਧੰਨਵਾਦ ਕਰੋ ਕਿ ਪ੍ਰਭੂ ਯੀਸ਼ੂ ਨੇ ਅੱਜ ਸਾਨੂੰ ਨਵਾਂ ਦਿਨ ਦਿਖਾਇਆ। ਰਾਤ ਆਉਂਦੀ ਆ, ਪ੍ਰਭੂ ਯੀਸ਼ੂ ਨੇ ਸਾਨੂੰ ਰਾਤ ਦਿੱਤੀ ਆ, ਚੈਨ ਆਰਾਮ ਲਈ ਪ੍ਰਭੂ ਦਾ ਧੰਨਵਾਦ ਕਰੋ। ਇਹ ਮੇਰੇ ਭੈਣ ਭਰਾਵੋ, ਮੈਂ ਤੁਹਾਡੇ ਅੱਗੇ ਇਹੀ ਬੇਨਤੀ ਕਰਦੀ ਹਾਂ। ਮੈਂ ਬਹੁਤ ਭੈਣਾਂ ਦੀਆਂ ਗਵਾਹੀਆਂ ਵੀ ਸੁਣੀਆਂ ਪ੍ਰੇਅਰ ਲਾਈਨ ਦੇ ਵਿੱਚ, ਅਤੇ ਪ੍ਰਭੂ ਯੀਸ਼ੂ ਅੱਗੇ ਇਹ ਦੁਆ ਪ੍ਰਾਰਥਨਾ ਕਰਦੀ ਹਾਂ ਕਿ ਪ੍ਰਭੂ ਯੀਸ਼ੂ ਇੱਦਾਂ ਹੀ ਪ੍ਰੇਅਰ ਲਾਈਨ ਨੂੰ ਅੱਗੇ ਤੋਂ ਅੱਗੇ ਵਧਾਵੇ ਅਤੇ ਸਭ ਨੂੰ ਬਰਕਤਾਂ ਦੇਵੇ, ਸਭ ਭੈਣ ਭਰਾਵਾਂ ਨੂੰ ਬਰਕਤਾਂ ਮਿਲਣ। ਪ੍ਰਭੂ ਯੀਸ਼ੂ ਦਾ ਧੰਨਵਾਦ ਕਰਦੀ ਹਾਂ। ਹੇ ਮੇਰੇ ਪਿਤਾ ਪਰਮੇਸ਼ਰ, ਤੂੰ ਦਿਆਲੂ ਅਤੇ ਕਿਰਪਾਲੂ ਆ, ਪ੍ਰਭੂ ਤੂੰ ਸਭ ਦੀ ਰਕਸ਼ਾ ਕਰਨ ਵਾਲਾ ਮੇਰਾ ਪਿਤਾ ਆ। ਮੇਰੇ ਪਿਤਾ ਨੇ ਸਾਨੂੰ ਚੁਣਿਆ, ਮੇਰੇ ਪਿਤਾ ਨੇ ਸਾਨੂੰ ਕਬੂਲ ਕੀਤਾ, ਸਾਨੂੰ ਆਪਣੇ ਬੱਚੇ ਬਣਾਇਆ। ਅਸੀਂ ਉਸ ਪ੍ਰਭੂ ਦਾ ਧੰਨਵਾਦ ਕਰਦੇ, ਸੱਚਾ ਅਤੇ ਜਿੰਦਾ ਖੁਦਾ ਆ।
ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਇੰਨਾ ਕਹਿ ਕੇ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਹਾਂ ਅਤੇ ਸਾਰਿਆਂ ਨੂੰ ਆਉਣ ਵਾਲੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ। ਪ੍ਰਭੂ ਯਿਸੂ ਸ਼ਬਦ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਭਰਿਆ ਨਵਾਂ ਸਾਲ ਲਿਆਵੇ, ਦੁੱਖ ਬਿਮਾਰੀਆਂ ਸਭ ਜਾਂਦੇ ਰਹਿਣ, ਬਰਕਤਾਂ ਹੀ ਬਰਕਤਾਂ ਹੋਣ, ਖੁਸ਼ੀਆਂ ਹੀ ਖੁਸ਼ੀਆਂ ਹੋਣ, ਸ਼ਾਂਤੀ ਦੀ ਜ਼ਿੰਦਗੀ ਸਾਰੇ ਕਬੂਲ ਸਾਰੇ ਬਤੀਤ ਕਰਨ। ਇਹੀ ਮੇਰੇ ਪ੍ਰਭੂ ਯਿਸੂ ਅੱਗੇ ਦੁਆ ਪ੍ਰਾਰਥਨਾ ਕਰਦੀ ਹਾਂ। ਆਮੀਨ, ਹਾਲੇਲੂਇਆ।